ਕੇਂਦਰ ਦੇ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣ ਚੁੱਕੀ ਆ ਪਰ ਬਾਰਡਰਾਂ ਤੇ ਕਿਸਾਨਾਂ ਦੇ ਧਰਨੇ ਹਲੇ ਵੀ ਬਰਕਰਾਰ ਨੇ ਆਖਿਰ ਇਨ੍ਹਾਂ ਧਰਨਿਆਂ ਨੂੰ ਲੈ ਕੇ ਹੁਣ ਗੱਲ ਕਿੱਥੇ ਪਹੁੰਚੀ ਆ ਕਦੋਂ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ ਕਿਉਂਕਿ ਸਾਬਤ ਤੌਰ ਤੇ ਕਿਸਾਨਾ ਗੋਣੇ ਕਹਿ ਦਿੰਦਾ ਕਿ ਭਾਜਪੀ ਇਹ ਚੀਜ਼ ਯਾਦ ਰੱਖੇ ਐਸਾ ਨਹੀਂ ਕਿ ਜੇ ਚੋਣਾ ਹੋ ਗਿਆ ਸਰਕਾਰ ਬਣ ਗਈ ਤੇ ਹੁਣ ਸ਼ਾਇਦ ਸਰਜੇ ਉਹ ਕਹਿੰਦੇ ਨੇ ਪੰਜਾਬ ਹਰਿਆਣਾ ਯੂਪੀ ਤੇ ਚੰਡੀਗੜ੍ਹ ਸਮੇਤ ਕਈ ਥਾਵਾਂ ਤੇ ਜੇ ਬੀਜੇਪੀ ਨੂੰ ਨੁਕਸਾਨ ਚਲਣਾ ਪਿਆ ਤਾਂ ਉਹ ਕਿਸਾਨੀ ਵਿਰੋਧ ਦਾ ਨਤੀਜਾ ਹੈ ਔਰ ਸ਼ਾਇਦ ਕੇਂਦਰ ਤੱਕ ਇਹ ਸਨਿਆ ਪਹੁੰਚ ਵੀ ਗਿਆ ਹੋਵੇਗਾ ਪਰ ਇਹ ਮਸਲਾ ਹਲਕਾ ਦੋਵੇਗਾ ਸਾਡੇ ਫਤੇਜਗਤ ਸਿੰਘ ਬਾਜਵਾ ਮੌਜੂਦ ਨੇ ਬੀਜੇਪੀ ਦੇ ਆਗੂ ਪਾਇਓ ਸਰ ਕਿਸਾਨ ਕਹਿੰਦੇ ਨੇ ਕਿ ਇੱਕ ਚਰਚਾ ਸੀ ਕਿ ਵੋਟਾਂ ਆ ਗੀਆਂ ਵੋਟਾਂ ਪੈ ਗਈਆਂ ਹੁਣ ਕਿਹਨੇ ਸੁਣਨੀ ਆ ਔਰ ਉਹ ਕਹਿੰਦੇ ਕਿ ਅਸੀਂ ਜਿਹੜਾ ਸੁਨੇਹਾ ਦੇਣਾ ਸੀ ਨਾ ਕੇਂਦਰ ਤਿੱਕਰ ਉਹ ਦੇਤਾ ਜਿਹੜਾ ਸਮਰਥਨ ਲੈਣਾ ਪਿਆ ਕਹਿੰਦੇ ਉਹ ਕਿਸਾਨੀ ਅੰਦੋਲਨ ਦਾ ਨਤੀਜਾ ਹੈ ਇਸ 'ਚ ਕੋਈ ਦੋ ਰਾਏ ਨਹੀਂ ਵੀ ਕਿਸਾਨਾਂ ਦੀ ਉਸ ਲਹਿਰ ਨੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਗੁਪਿੰਦਰ ਜੀ ਮੈਂ ਵੀ ਇੱਕ ਕਿਸਾਨ ਦਾ ਬੇਟਾ ਹਾਂ ਔਰ ਸਾਡਾ ਇੱਕ ਲਾਕੀ ਫਰਜ਼ ਬੰਦਾ ਅਸੀਂ ਵੀ ਵੇਨ ਆ ਜਦੋਂ ਸਾਡੇ ਭਰਾ ਬਾਰਡਰਾਂ ਤੇ ਬੈਠੇ ਹੁੰਦੇ ਆ ਕਿ ਉਹਦੀ ਤਕਲੀਫ ਕਿੰਨੀ ਹੁੰਦੀ ਹੈ ਪਾਰਟੀ ਜੋ ਮਰਜ਼ੀ ਸਮਝੇ ਕਰੇ ਪਰ ਇਹ ਦਿਲ ਹਮੇਸ਼ਾ ਇਸ ਗੱਲ ਤੇ ਉਦਾਸ ਹੁੰਦਾ ਹੈ ਵੀ ਜਿਹੜੇ ਸਾਡੇ ਵੀਰਾਂ ਨਾਲ ਇਸ ਕਿਸਮ ਦੀ ਜਿਹੜੀ ਉਹਨਾਂ ਦੀ ਮੰਗਾਂ ਲਈ ਉਹਨਾਂ ਨੂੰ ਸੜਕਾਂ ਤੇ ਬੈਨਾ ਪੈ ਰਿਆ ਇਹ ਮੈਂ ਤੁਹਾਨੂੰ ਗੱਲ ਦੱਸਣਾ ਚਾਹਨਾ ਵੀ ਅਜੇ ਸਰਕਾਰ ਬਣੀ ਨੂੰ ਦੋ ਦਿਨ ਹੋਏ ਨੇ ਸਾਰਿਆਂ ਨੂੰ ਪਹਿਲਾ ਕੰਮ ਸਾਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ 20000 ਕਰੋੜ ਰੁਪਇਆ ਕਿਸਾਨੀ ਦੇ 9.3 ਕਰੋੜ 9 ਕਰੋੜ 30 ਲੱਖ ਬੰਦੇ ਨੂੰ ਜਿਹੜੇ ਜਾਰੀ ਕੀਤੇ ਬੰਦੇ ਆਸਾਰ ਕਲਮ ਨਾਲ ਪਹਿਲੀ ਚੀਜ਼ ਜਿਹੜੀ ਗੱਲ ਕੀਤੀ ਉਹ ਕਿਉਂ ਕੀਤੀ ਵੀ ਹਿੰਦੁਸਤਾਨ ਦੇ ਕਿਸਾਨਾਂ ਨੂੰ ਇਹ ਸੰਦੇਸ਼ ਦਿੱਤਾ ਇੱਕ ਗੁੱਡਵਿਲ ਜੈਸਚਰ ਹੈ ਵੀ ਮੈਂ ਕਿਸਾਨੀ ਸਾਡੇ ਪਹਿਲ ਦੇ ਆਧਾਰ ਤੇ ਸਾਡੇ ਦਿਮਾਗ ਦੇ ਵਿੱਚ ਹੈ ਸਾਰੇ ਕਿਸਾਨੀ ਲਈ ਪ੍ਰੇਮ ਹੈ ਸਾਰਿਆਂ ਨੂੰ ਔਰ ਮੈਂ ਤੁਹਾਨੂੰ ਦੱਸਾਂ ਜਿਹੜੇ ਇਸ ਵਾਰ ਐਗਰੀਕਲਚਰ ਮਿਨਿਸਟਰ ਬਣੇ ਨਹੀਂ ਉਹਨਾਂ ਦਾ ਖਾਸ ਕਰਕੇ ਅ ਸ਼ਿਵਰਾਜ ਝੋਹਾਂਦੀ ਬਹੁਤ ਇੱਕ ਅ ਚੇ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਤਿੰਨ ਵਾਰ ਮੁੱਖ ਮੰਤਰੀ ਦਾ ਮੱਧ ਪ੍ਰਦੇਸ਼ ਤੇ ਔਰ ਉਹ ਹਿੰਦੁਸਤਾਨ ਦੇ ਦੇ ਕਿਸਾਨੀ ਦੇ ਮਿਕ ਐਗਰੀਕਲਚਰ ਡਿਪਾਰਟਮੈਂਟ ਉਹਨਾਂ ਕੋਲੋਂ ਮੈਨੂੰ ਪੂਰੀ ਉਮੀਦ ਹੈ ਵੀ ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਉਹਨਾਂ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਪਾਜੇ ਸਾਹਿਬ ਬੇਸ਼ੱਕ ਤੁਸੀਂ ਹਵਾਲਾ ਦੇ ਰਹੇ ਹੋ ਕਿ ਕਿਸਾਨਾਂ ਨੂੰ ਲੈ ਕੇ ਚਿੰਤਾਤ ਹੈ ਭਾਜਪਾ ਪਰ ਜਦੋਂ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਦੌਰਾਨ ਜਿਸ ਤਰ੍ਹਾਂ ਦਾ ਰਵਈਆ ਰਿਹਾ ਜਾਂ ਮੀਟਿੰਗਾਂ ਦਾ ਤੌਰ ਤੇ ਜਾਰੀ ਦੇ ਪਰ ਗੱਲ ਸਰੇਣੀ ਸੀ ਲੱਗੀ ਹੁਣ ਤੁਹਾਨੂੰ ਲੱਗਦਾ ਹੈ ਕਿ ਇਹ ਮਸਲਾ ਇੱਕ ਵਾਰੀ ਫਿਰ ਤੋਂ ਉੱਠੇਗਾ ਜਾਂ ਫਿਰ ਜਿਵੇਂ ਪਹਿਲਾਂ ਸਵਾ ਸਾਲ ਕਿਸਾਨ ਬੈਠੇ ਰਹੇ ਸੀ ਕੀ ਲੱਗਦਾ ਹੈ ਕਿ ਕਿਸਾਨ ਇਦਾਂ ਹੀ ਲੰਮਾ ਟਾਈਮ ਬੈਠੇ ਰਹਿਣਗੇ ਜਾਂ ਸਰ ਕਿਸਾਨਾਂ ਦਾ ਸੁਨੇਹਾ ਕੇਂਦਰ ਤੱਕ ਲੈ ਕੇ ਜਾਓਗੇ ਕੋਈ ਗੱਲਬਾਤ ਹੋਏਗੀ ਮਸਲਾ ਹੱਲ ਵਾਲੇ ਪਾਸੇ ਵਧੇਗਾ ਬਹੁਤ ਜਲਦੀ ਅਸੀਂ ਮੈਂ ਇੱਕ ਡੈਲੀਗੇਸ਼ਨ ਲੈ ਕੇ ਐ ਐਗੋ ਮਨਿਸਟਰ ਸਾਹਮਣੂ ਮਿਲਨੇ ਆਂ ਔਰ ਪੰਜਾਬ ਦੀ ਕਿਸਾਨੀ ਦੇ ਮਸਲੇ ਦੇ ਉੱਤੇ ਔਰ ਸਾਨੂੰ ਪੂਰਨ ਯਕੀਨ ਹੈ ਵੀ ਇਸ ਮਸਲੇ ਤੇ ਸਰਕਾਰ ਆਲਰੇਡੀ ਚਿੰਤਤ ਹੈ ਆਲਰੇਡੀ ਇਸ ਮਾਰੇ ਸੋਚ ਰਹੀ ਹੈ ਔਰ ਅਸੀਂ ਜਾ ਕੇ ਜਿਹੜੇ ਅਸਲ ਦੇ ਵਿੱਚ ਜਿਹੜੇ ਮੁੱਦੇ ਨੇ ਜਾਂ ਕਿਸਾਨ ਨੂੰ ਪੰਜਾਬ ਲਈ ਪੰਜਾਬ ਵਿੱਚ ਕੀ ਚਾਹੀਦਾ ਹੈ ਜਾਂ ਹਿੰਦੁਸਤਾਨ ਵਿੱਚ ਜਿਹੜੀ ਉਹਨਾਂ ਦੀ ਮੰਗ ਹੈ ਕਿਸ ਤਰੀਕੇ ਨਾਲ ਪੂਰੀਆਂ ਕਰਨੀਆਂ ਇਸ ਦੇ ਉੱਤੇ ਵੀ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਇਸ ਇਹ ਨਹੀਂ ਹੈ ਵੀ ਮੈਂ ਆਪਣੇ ਕੋਲੋਂ ਗੱਲ ਕਰ ਰਿਹਾ ਇਹ ਹੈ ਵੀ ਜਦੋਂ ਅਸੀਂ ਉਹਨਾਂ ਨੂੰ ਮੁਬਾਰਕ ਦੇਣ ਗਏ ਆ ਨਵੀਂ ਸਰਕਾਰ ਬਣਨ ਤੇ ਉਹਨਾਂ ਨੇ ਇਸ ਜ਼ਿਕਰ ਕੀਤਾ ਵੀ ਬਾਜਵਾ ਜੀ ਆਓ ਅਸੀਂ ਬੈਠ ਕੇ ਇਸ ਤੇ ਵਿਚਾਰ ਕਰਨਾ ਅੱਛਾ ਕਸਾਨੀ ਮਸਲੇ ਤੇ ਤੁਹਾਡੀ ਕੇਂਦਰ ਦੇ ਨਾਲ ਗੱਲਬਾਤ ਹੋਈ ਹੈ ਕਿਹਦੇ ਨਾਲ ਗੱਲਬਾਤ ਹੋਈ ਔਰ ਥੋੜਾ ਸਮਝਣਾ ਚਾਹੂੰਗਾ ਕਿ ਕਿਸ ਤਰ੍ਹਾਂ ਦੀ ਗੱਲਬਾਤ ਰਹੀ ਦੇਖੋ ਮੇਰੀ ਗੱਲਬਾਤ ਇਹ ਸ਼ਿਖਾਵਤ ਜੀ ਤੇ ਮੇਗਵਾਲ ਸਾਹਿਬ ਜਿਹੜੇ ਪੰਜਾਬ ਨਾਲ ਕਨੈਕਟਡ ਸੀ ਲੋਕ ਸਭਾ ਦੀ ਇਲੈਕਸ਼ਨ ਇਨ ਚਾਰਜ ਸੀਗੇ ਉਹਨਾਂ ਨਾਲ ਜ਼ਿਕਰ ਹੋਇਆ ਤੇ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਬਾਰੇ ਜਿਹੜਾ ਕਿਸਾਨੀ ਦਾ ਜਿਹੜਾ ਸਾਰਾ ਮਸਲਾ ਇਸ ਦੇ ਬਾਰੇ ਬੈਠ ਕੇ ਆਪਾਂ ਚਰਚਾ ਕਰਨੀ ਹੈ ਉਹਨਾਂ ਨਾਲ ਗੱਲ ਹੋਈ ਤੇ ਮੈਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਮਾਨੀਏ ਅਮਰਸ਼ਾਹ ਜੀ ਨਾਲ ਸਾਨੂੰ ਟਾਈਮ ਮਿਲ ਸਕੇ ਤਾਂ ਕਿ ਅਸੀਂ ਪੰਜਾਬ ਦਾ ਇਹ ਜਿਹੜਾ ਫੈਸਲਾ ਇਹ ਇਹ 체ਤੀ ਇਸ ਨੂੰ ਨਿਪਰੇ ਚਾਜ ਸਕੀਏ ਇਹ ਨਹੀਂ ਅਭੀ ਅਸੀਂ ਤੁਹਾਡੇ ਕੈਮਰੇ ਤੇ ਗੱਲ ਕਰ ਰਹੇ ਹਾਂ ਪਰ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਵੀ ਅਸੀਂ ਵੇਖਿਆ ਵੀ ਭਾਰਤੀ ਜਨਤਾ ਪਾਰਟੀ ਬਹੁਤ ਵਧੀਆ ਆਪਣੀ ਜਿਹੜਾ ਵੋਟ ਬੈਂਕ ਉਹਨਾਂ ਨੇ ਵਧਾਇਆ ਉਹਨਾਂ ਦਾ 6% 2022 ਤੋਂ ਲੈ ਕੇ 24 ਵਿੱਚ 18.5% ਤੱਕ ਆ ਗਿਆ। ਔਰ ਅਸੀਂ ਤਾਂ ਹੀ ਗਾ ਵੱਸ ਸਕਦੇ ਹਾਂ ਕਿਉਂਕਿ ਪੇਟੂ ਖੇਤਰ ਆ ਗਿਆ ਕਿ ਜੇ ਬ੍ਰੇਕ ਵੱਜੀ ਹੈ ਤੇ ਉੱਥੇ ਆ ਕੇ ਵੱਜੀ ਜਿੰਨੀ ਸਾਨੂੰ ਸ਼ਹਿਰੀ ਵੋਟ ਪੈ ਗਈ। ਤੇ ਪਿੰਡਾਂ ਵਿੱਚ ਜਿੰਨੀ ਦੇਰ ਤੱਕ ਅਸੀਂ ਕਿਸਾਨੀ ਨਾਲ ਆਪਣੀ ਗੱਲ ਨਹੀਂ ਮੁਕਾਂਦੇ ਉਨੀ ਦੇਰ ਭਾਰਤੀ ਜਨਤਾ ਪਾਰਟੀ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਵੇਗਾ ਅਕਾਲੀ ਦਲ ਦੀ ਜਿਸ ਤਰ੍ਹਾਂ ਦੀ ਹਾਲਾਤ ਬਣੇ ਹੋਏ ਆਸ਼ੀ ਦੇ ਵਿੱਚ ਚਲੇ ਗਏ ਇੱਕ ਸੀਟ ਰਹਿ ਗਈ ਤਾਂ ਅਕਾਲੀ ਭਾਜਪਾ ਦੇ ਗੜਬੰਧਨ ਨੂੰ ਲੈ ਕੇ ਬੜੀਆਂ ਤਰਜਾਵਾਂ ਚੱਲੀਆਂ ਚੋਣਾਂ ਤੋਂ ਪਹਿਲਾਂ ਵੀ ਗੱਲ ਚੱਲੀ ਕਿ ਇੱਕ ਵਾਰ ਫਿਰ ਨੇੜੇ ਹੋ ਜਾਣਗੇ ਪਰ ਉੱਥੇ ਵੀ ਡਿੱਕਾ ਕਿਸਾਨਾਂ ਦਾ ਸੀ ਤੁਹਾਨੂੰ ਲੱਗਦਾ ਹੈ ਕਿ ਗੜਬੰਧਨ ਦੀ ਗੱਲ ਫਿਰ ਚੱਲੇਗੀ 27 ਤੋਂ ਪਹਿਲਾਂ ਫਿਰ ਤੋਂ ਤਿਆਰੀ ਹੋਏਗੀ ਔਰ ਕਿਸਾਨੀ ਮਸਲਾ ਹੱਲ ਕਰਨ ਦੇ ਲਈ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਭਾਰਤੀ ਜਨਤਾ ਪਾਰਟੀ ਇਕੱਲੇ ਅੱਗੇ ਵਧਣ ਤੇ ਪੂਰੀ ਸક્ષਮ ਹੈ ਔਰ ਬਾਕੀ ਲੀਡਰਸ਼ਿਪ ਤੇ ਕੰਮ ਨੇ ਦੇਸ਼ ਦੀ ਲੀਡਰਸ਼ਿਪ ਨੇ ਡਿਸਾਈਡ ਕਰਨਾ ਸਾਨੂੰ ਕੋਈ ਨਹੀਂ ਮਿਹਨਤ ਕਰਕੇ ਆਪਣੀ ਪਾਰਟੀ ਨੂੰ ਉਗਾ ਲੈ ਕੇ ਆਣਾ ਸਿਰਫ ਸਾਡਾ ਕਿਸਾਨੀ ਵਾਲਾ ਮਸਲਾ ਹੱਲ ਹੋ ਜੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਲੋਕ ਹੀ ਇੰਦਰਸਥਾਨ ਚ ਲੋਕ ਬਾਵਾ ਖੁਲੀਆਂ ਕਰਕੇ ਵੈਲਕਮ ਕਰਨਗੇ ਭਾਰਤੀ ਜਨਤਾ ਪਾਰਟੀ ਦਾ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਖਾਸ ਕਰਕੇ ਪ੍ਰਾਈਮ ਮਿਨਿਸਟਰ ਸਾਹਿਬ ਇਸ ਚੀਜ਼ ਤੇ ਚਿੰਤਤ ਨੇ ਔਰ ਕਰਕੇ ਦੇਣਗੇ ਜੇਕਰ ਉਹਨਾਂ ਨੇ ਤਿੰਨ ਕਾਨੂੰਨ ਵਾਪਸ ਲੈ ਤੇ ਸਿਰਫ ਗੱਲ ਇੱਥੇ ਆ ਕੇ ਅੜਗੀ ਵੀ ਜੀ ਐਮਐਸਪੀ ਨੂੰ ਕਾਨੂੰਨੀ ਰੰਗਤ ਨਹੀਂ ਦਿੱਤੀ ਗਈ ਦੀ ਫਲਾਣੀ ਗੱਲ ਉਹ ਬਹਿ ਕੇ ਸਾਰੇ ਨਿਸ਼ਚੇ ਸਾਰੀਆਂ ਚੀਜ਼ਾਂ ਗੱਲ ਕਰਕੇ ਐਮਐਸਪੀ ਗਰੰਟੀ ਵਾਲੇ ਪਾਸੇ ਵਧੋਂਗੇ ਜਾਣੀ ਉਹ ਕਿਉਂ ਨਹੀਂ ਪਤਾ ਕਿ ਭਾਈ ਜਿਹੜੀ ਚੀਜ਼ ਕਿਸਾਨੀ ਦੀ ਜਾਇਜ਼ ਕਰਨ ਵਾਲੀ ਹੋਏਗੀ ਉਹ ਵੀ ਕਰਾਂਗੇ ਕੋਈ ਜਸਟੀਫਿਕੇਸ਼ਨ ਹੋਣਗੀਆ ਕੋਈ ਉਹਨਾਂ ਨੂੰ ਵੀ ਕੋਈ ਕੋਈ ਕਈ ਵਿਸ਼ੇ ਹੁੰਦੇ ਨੇ ਜਿਹੜੇ ਕੋਈ ਦੋ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ ਦੋ ਕਿਸਾਨ ਵੀਰਾਂ ਦੀਆਂ ਮੰਨੀਆਂ ਜਾਣਗੀਆਂ ਸਰਕਾਰ ਇੱਦਾਂ ਹੀ ਫਿਰ ਨੇੜੇ ਪਹੁੰਚਦੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਵੀ ਦੇਖੋ ਜਦੋਂ ਪਾਰਟੀ ਨੂੰ ਇੰਨੀ ਗੱਲ ਤੇ ਸਮਝ ਆ ਗਈ ਨਾ ਵੀ ਕਿਸਾਨੀ ਨੇ ਕਿਸਾਨੀ ਦੇ ਵਿਰੋਧ ਨੇ ਉਹਨਾਂ ਨੂੰ 25 35 40 ਸੀਟਾਂ ਦਾ ਨੁਕਸਾਨ ਹੋਇਆ ਯੂਪੀ ਜੋ ਹੈ ਰਾਜਸਥਾਨ ਜੋ ਹੋਇਆ ਪੰਜਾਬ ਜੋ ਹੋਇਆ ਹਰਿਆਣੇ ਜੋ ਹੋਇਆ ਤੇ ਜੇ ਇਹ ਸਟੇਟਾਂ ਦੇ ਵਿੱਚ ਸਾਡਾ ਹੀ ਪੰਜਾਬ ਦੀ ਲਈਏ ਯੂਟੀ ਚ ਨਿਕਰ ਚਲੋਗੇ ਕੁਦਰਤੀ ਗੱਲ ਹੈ ਪਾਰਟ ਆਫ ਪੰਜਾਬ ਹੀ ਹੋ ਗਿਆ ਨਾ ਜੀ ਮੈਂ ਇਹ ਤੁਹਾਨੂੰ ਗੱਲ ਕਹਿ ਸਕਦਾ ਵੀ ਜੇਕਰ ਸਾਡੇ ਕਿਸਾਨੀ ਨਾਲ ਜਿਹੜੇ ਸੰਬੰਧ ਜਿਹੜੇ ਉਹ ਠੀਕ ਠਾਕ ਹੁੰਦੇ ਸੁਖਾਵੇਂ ਹੁੰਦੇ ਤੇ ਅਸੀਂ 100% ਅਸੀਂ 24 25% ਤੇ ਸਾਡੀ ਵੋਟਾਂ ਬੈ ਕੇ ਜਾ ਕੇ ਬਣੀ ਸਾਨੂੰ ਤੇ ਪਿੰਡਾਂ ਦੇ ਵਿੱਚ ਜਾ ਕੇ ਬ੍ਰੇਕਵਾਦੀ ਅੱਛਾ ਇੱਕ ਰਵਨੀਤ ਬਿੱਟੂ ਹੋਰਾਂ ਨੂੰ ਬੇਸ਼ੱਕ ਕੇਂਦਰੀ ਰਾਜ ਮੰਤਰੀ ਜਿਹੜਾ ਹੈਗਾ ਇਹ ਬਣਾ ਦਿੱਤਾ ਗਿਆ ਪਰ ਕਾਂਗਰਸ ਉਹਦੇ ਤੇ ਵੀ ਸਵਾਲ ਚੁੱਕਦੀ ਹੈ ਉਹ ਕਹਿੰਦੇ ਨੇ ਕਿ ਸਾਡੇ ਵੇਲੇ 4-4 5-5 ਮੰਤਰੀ ਵੀ ਰਹੇ ਆ ਔਰ ਉਹ ਕਹਿੰਦੇ ਨੇ ਕਿ ਜਾਖੜ ਸਾਹਿਬ ਹੁਣੀ ਕਹਿੰਦੇ ਸੀ ਕਿ ਮੈਨੂੰ ਹਿੰਦੂ ਫੇਸ ਹੋਣ ਕਰਕੇ ਕਾਂਗਰਸ ਨੇ ਅੱਗੇ ਨਹੀਂ ਆਉਣ ਦਿੱਤਾ ਜਾਂ ਸੀਐਮ ਫੇਸ ਨਹੀਂ ਬਣਨ ਦਿੱਤਾ ਤੋ ਉਹ ਕਹਿੰਦੇ ਕਿ ਵੀ ਹੁਣ ਫਿਰ ਉਹਨਾਂ ਨੇ ਵੀ ਰਵਨੀਤ ਮਿੱਤੂ ਨੂੰ ਲੈ ਲਿਆ ਜਾਖੜ ਸਾਹਿਬ ਨੂੰ ਫਿਰ ਨਹੀਂ ਤਾਂ ਮਿਲੀ ਦੇਖੋ ਇਹ ਪਾਰਟੀ ਲੀਡਰਸ਼ਿਪ ਦਾ ਜਿਹੜਾ ਹੈ ਉਹਨਾਂ ਦੀ ਪ੍ਰੈਰੋਗੇਟਿਵ ਹੋ ਗਿਆ ਪਰ ਜਿੱਥੋਂ ਤੱਕ ਮੈਂ ਸਮਝਦਾ ਵੀ ਪੰਜਾਬ ਦੀ ਪਛਾਣ ਬਗਣਾ ਲੁੰਦੀ ਹੈ ਤੇ ਉਹ ਚੀਜ਼ ਮੈਂ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੀ ਬੀਜੇਪੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹਨਾ ਵੀ ਜਿਨ੍ਹਾਂ ਨੇ ਬੜੀ ਚੰਗੀ ਸਚਾਰੂ ਸੋਚ ਨਾਲ ਇਹ ਸੀਜ਼ ਨੂੰ ਲਾਗੂ ਕੀਤਾ ਰਮਨੀਤ ਅੱਛਾ ਨੌਜਵਾਨ ਚੰਗੇ ਪਰਿਵਾਰ ਦੇ ਨਾਲ ਕਨੈਕਟਡ ਹੈ ਅਜੇ ਸ਼ੁਰੂਆਤ ਹੈ ਮਿਹਨਤ ਕਰਨੀ ਪਊ ਮਿਹਨਤ ਜਿੰਨੀ ਕੋਈ ਬੰਦਾ ਮਿਹਨਤ ਕਰੇਗਾ ਉਹਦੇ ਨਾਲ ਅੱਗੇ ਵਧਾ ਉਹ ਹੀ ਮੈਂ ਤੁਹਾਨੂੰ ਦੱਸਣਾ ਬਈ ਜਿਹੜਾ ਸਾਡੀ ਪਾਰਟੀ ਦਾ ਜਿਹੜਾ ਸਿਲਸਿਲਾ ਹੈ ਕੋਈ ਇਕੱਲੇ ਬੰਦੇ ਤੇ ਨਹੀਂ ਇੱਕ ਕਲੈਕਟਿਵ ਸੋਚ ਨਾਲ ਹੁੰਦਾ ਹੈ ਇੱਕ ক্রিকেট ਦੀ ਟੀਮ ਕੋਈ ਇਕੱਲਾ ਬੈਟਸਮੈਨ ਨਹੀਂ ਕੋਈ ਕੈਪਟਨ ਹੈ ਕੋਈ ਵਿਕਟ ਕੀਪਰ ਹੈ ਕੋਈ ਵਾਈਸ ਕੈਪਟਨ ਹੈ ਉਹ ਸਾਰੀ ਟੀਮ ਜਦੋਂ ਪਰਫਾਰਮ ਕਰਦੀ ਹੈ ਨਾ ਉਦੋਂ ਵਰਲਡ ਕੱਪ ਜਿੱਤਿਆ ਜਾਂਦਾ ਤੋਂ ਇਸ ਕਰਕੇ ਸ਼ੁਰੂਆਤ ਹੁੰਦੀ ਹੈ ਇੱਕ ਚੰਗਾ ਦੇਖੋ ਉਹਨਾਂ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਹੈ ਅਗਲੇ ਨੂੰ ਇਹ ਗੱਲ ਇੱਕ ਮੈਸੇਜ ਗਿਆ ਤੇ ਉਹ ਮੈਸੇਜ ਇਹ ਵੀ ਗਿਆ ਵੀ ਕਿਸਾਨ ਜੇ ਪੰਜਾਬ ਦੇ ਪ੍ਰਤੀ ਇਹਨਾਂ ਅਚਾ ਮੈਂ ਕੀ ਉਹਨਾਂ ਦੀ ਚੰਗੀ ਸੋਚ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਸਮਝਦੇ ਹਾਂ ਵੀ ਕਿਸਾਨੀ ਵਾਲਾ ਮੁੱਦਾ ਜਿਹੜਾ ਹੈ ਇਹ ਸਾਰੇ ਮਿਲ ਜੁਲ ਕੇ ਆਪਾਂ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਤਾਂ ਫੋਤੇ ਜਗਸਿੰਮ ਬਾਜਵਾ ਸਾਫ ਤੋਂ ਕਹਿੰਦੇ ਨੇ ਕਿ ਜਲਦੀ ਕਿਸਾਨੀ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਤੋਰਿਆ ਜਾਵੇਗਾ ਔਰ ਬੜਾ ਦਵਾ ਕਰਦੇ ਨੇ ਕਿ ਬੜੀ ਜਲਦੀ ਇੱਕ ਡੈਲੀਗੇਸ਼ਨ ਲੈ ਕੇ ਅਮਿਸ਼ਾ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰੇਗਾ ਔਰ ਤਾਂਕੀ ਕਿਸਾਨੀ ਮਸਲੇ ਦਾ ਹੱਲ ਕੀਤਾ ਜਾ ਸਕੇ ਐਮਐਸਪੀ ਗਰੰਟੀ ਕਾਨੂੰਨ ਦੀ ਵੀ ਗੱਲ ਹੋਵੇਗੀ ਔਰ ਦਾਵਾ ਕਰਦੇ ਨੇ ਕਿ ਜੇ ਕਿਸਾਨਾਂ ਦਾ ਵਿਰੋਧ ਨਾ ਚੱਲਣਾ ਪੈਂਦਾ ਤੇ ਜੇ ਕਿਸਾਨੀ ਅੰਦੋਲਨ ਨਾ ਹੁੰਦਾ ਤਾਂ ਸ਼ਾਇਦ ਭਾਜਪੀ ਦੇ ਹਾਲਾਤ ਕੁਝ ਹੋਰ ਹੁੰਦੇ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਤੇ ਚੰਡੀਗੜ੍ਹ ਤੇ ਕਹਿੰਦੇ ਨੇ ਕਿ ਭਾਜਪੀ ਕਾਫੀ ਅੱਗੇ ਨਜ਼ਰ ਆਉਂਦੀ ਤਾਂ ਸਭ ਤੋਂ ਵੱਧ ਇਸ ਗੱਲ ਨੂੰ ਉਹ ਇਨਕਾਰੀ ਨਹੀਂ ਕਿ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨ ਤੇ ਬੀਜੇਪੀ ਨੂੰ ਨੁਕਸਾਨ ਹੋਇਆ ਪਰ ਫਿਲਹਾਲ ਕਿਸਾਨੀ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਤੋਰਨ ਦੀ ਗੱਲ ਹੋ ਰਹੀ ਹੈ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਨਿਊਜ਼ 18 ਚੰਡੀਗੜ੍ਹ